ਖਬਰਾਂ ਦੇ ਬੁਲੇਟਿਨ ਦੇ ਸਪான்ਸਰ ਨੇ ਰਿਆਨਟਰ ਗੁਰ ਜਤਿੰਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਪੰਜਾਬ ਮਿਲ ਯੂਐਸਸੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਸਰਵੇਖ ਖਬਰਾਂ ਦੇ ਬੁਲੇਟਿਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੇਸ਼ ਆਂ ਦੇਸ਼ ਦੇਸ਼ ਦੀਆਂ ਕੁਝ ਖਾਸ ਤੇ ਚੌਂਵੀਆਂ ਖਬਰਾਂ ਬਦਲ ਕੇ ਕੈਨੇਡਾ ਦੇ ਵਿੱਚ ਨੌਕਰੀ ਦੇ ਨਿਯਮ ਹੁਣ ਇਸ ਤਰੀਕੇ ਨਾਲ ਕਰਨਾ ਪਏਗਾ ਅਪਲਾਈ ਅਮਰੀਕਾ ਦੀਆਂ ਚੋਣਾਂ ਵਿੱਚ 6 ਕਰੋੜ ਤੋਂ ਵੱਧ ਵੋਟਰਾਂ ਨੇ ਅਗਾਊਂ ਵੋਟ ਪਾਈ ਕੈਨੇਡਾ ਚ ਹਿੰਦੂ ਮੰਦਰ ਦੇ ਬਾਹਰ ਹੋਈ ਹਿੰਸਕ ਝੜਪ ਕਾਲਿਸਤਾਨ ਤੇ ਪਾਰਸਮਰਥਕ ਹੋਏ ਆਮੋ ਸਾਹਮਣੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਕਈ ਰਾਜਾਂ ਵਿੱਚ ਸੰਭਾਵੀ ਹਿੰਸਾ ਦੇ ਮੱਦੇਨਜ਼ਰ ਨੈਸ਼ਨਲ ਗਾਰਡ ਤੈਨਾਤ ਕਮਲਾ ਹੈਰਿਸ ਆਇਓਵਾ ਤੋਂ ਟਰੰਪ ਤੋਂ ਨਿਕਲੀ ਅੱਗੇ ਅਮਰੀਕੀ ਚੋਣਾਂ 'ਚ ਟਰੰਪ ਨੇ ਵੋਟਰ ਆਈਡੀ ਕਾਰਡ ਲਾਜ਼ਮੀ ਬਣਾਉਣ ਦੀ ਕੀਤੀ ਮੰਗ ਉਨੇ ਨਖਬਰਾ ਦਾ ਵਿਸਤਾਰ ਇਸ ਨਾਲ ਹੀ ਦੇਸ਼ ਦੇਸ਼ਾ ਜੁੜੀਆਂ ਹੋਈਆਂ तमाम ਖਬਰਾਂ ਪ੍ਰਧਾਨ ਮੰਤਰੀ ਜਸਟਿਨ ਰੂਡਦੀ ਸਰਕਾਰ ਨੇ ਕੈਨੇਡਾ ਆਉਣ ਵਾ ਤੇ ਪੜਾਈ ਕਰਨ ਵਾਲੇ ਵਿਦਿਆਰਥੀਆਂ ਨੇ ਇੱਕ ਵੱਡਾ ਫੈਸਲਾ ਲਿਆ ਹੈ ਸਰਕਾਰ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯਾਨੀ पीजीਡਬਲਯੂਪੀ ਨੀਮਾ ਨੂੰ ਅਪਡੇਟ ਕੀਤਾ ਹੈ ਨਵੇਂ ਨਿਯਮ 1 ਨਵੰਬਰ 2024 ਤੋਂ ਲਾਗੂ ਹੋ ਚੁੱਕੇ ਹਨ ਜਿਸ ਵਿੱਚ PGWP ਲਈ ਨਵੇਂ ਯੋਗਤਾ ਮਾਪਦੰਡ ਬਣਾਏ ਗਏ ਹਨ ਕੈਨੇਡੀਅਨ ਸਰਕਾਰ ਨੇ ਕੁਝ ਉਦਯੋਗਾਂ ਵਿੱਚ ਮਜ਼ਦੂਰਾਂ ਦੀ ਘਾਟ ਨਾਲ ਜੱਠਣ ਲਈ ਨਵੇਂ ਨਿਯਮ ਬਣਾਏ ਹਨ ਟੋਰੋੰਟੋ ਸਰਕਾਰ ਇਹ ਵੀ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਵਿਦਿਆਰਥੀਆਂ ਨੂੰ ਅੰਗਰੇਜ਼ੀ ਦੇ ਨਾਲ ਨਾਲ ਕੈਨੇਡਾ ਦੀ ਦੂਜੀ ਭਾਸ਼ਾ ਫ੍ਰੈਂਚ ਦਾ ਵੀ ਗਿਆਨ ਹੋਵੇ ਗ੍ਰੈਜੂਏਸ਼ਨ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਯੋਜਨਾ ਬਣਾਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੁਣ PGWP પ્રાપ્ત ਕਰਨ ਲਈ ਨਵੀਆਂ ਜ਼ਰੂਰਤਾਂ ਪੂਰਾ ਕਰਨਾ ਹੋਵੇਗਾ ਜਿਸ ਤੋਂ ਬਾਅਦ ਵਰਕ ਪਰਮਿਟ ਪ੍ਰਾਪਤ ਕਰਨ ਦੇ ਯੋਗ ਹੋਣਗੇ ਨਵੇਂ ਨਿਯਮ ਬਹੁਤ ਸਖਤ ਕੀਤੇ ਗਏ ਹਨ ਜਿਸ ਕਾਰਨ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ PGWP ਨੀਵਾ ਸਭ ਵਿੱਚ ਸਭ ਤੋਂ ਮਹੱਤਵਪੂਰਨ ਤਬਦੀਲੀ ਭਾਸ਼ਾ ਦਾ ਮੁਹਾਰਤ ਟੈਸਟ ਯਾਨੀ ਕਿ ਭਾਸ਼ਾ ਦੇ ਗਿਆਨ ਨੂੰ ਸਾਬਤ ਕਰਨ ਵਾਲੇ ਟੈਸਟ ਨੂੰ ਲਾਜ਼ਮੀ ਬਣਾਉਣਾ ਹੈ ਪੋਸਟ ਗ੍ਰੈਜੂਏਸ਼ਨ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਹੁਣ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਮਹਾਰਤ ਸਾਬਤ ਕਰਨ ਲਈ ਤਾਂ ਹੀ ਉਹਨਾਂ ਨੂੰ ਪੀਜੀਡਬਲਯੂਪੀ ਮਿਲੇਗਾ ਯਾਨੀ ਕਿ ਉਹਨਾਂ ਨੂੰ ਮਹਾਰਤ ਹਾਸਲ ਕਰਨੀ ਪਵੇਗੀ ਇਸ ਤੋਂ ਬਾਅਦ ਹੀ ਉਹਨਾਂ ਨੂੰ ਪੀਜੀਡਬਲਯੂਪੀ ਮਿਲ ਸਕੇਗਾ ਅੰਗਰੇਜ਼ੀ ਲਈ ਵਿਦਿਆਰਥੀਆਂ ਨੂੰ ਸੀਈਐਲ ਪੀਆਈਪ ਆਇਲਸ ਅਤੇ ਪੀਟੀਈ ਵਿੱਚੋਂ ਕੋਈ ਇੱਕ ਪ੍ਰੀਖਿਆ ਦੇਣੀ ਪਵੇਗੀ ਵਿਦਿਆਰਥੀ ਫ੍ਰੈਂਚ ਭਾਸ਼ਾ ਵਿੱਚ ਆਪਣੀ ਮਹਾਰਤ ਨੂੰ ਸਾਬਤ ਕਰਨ ਲਈ TEF ਕੈਨੇਡਾ ਜਾਂ TCF ਕੈਨੇਡਾ ਦੀਆਂ ਪ੍ਰੀਖਿਆਵਾਂ ਦੇ ਸਕਦੇ ਹਨ ਕੈਨੇਡਾ ਨੇ PGWP ਦੇ ਨਵੇਂ ਨਿਯਮ ਇਸ ਤਰ੍ਹਾਂ ਬਣਾਏ ਹਨ ਕਿ ਉਹਨਾਂ ਸੈਕਟਰਾਂ ਵਿੱਚ ਵਰਕ ਫੋਰਸ ਨੂੰ ਵਧਾਇਆ ਜਾ ਸਕੇ ਜੋ ਲੰਬੇ ਸਮੇਂ ਤੋਂ ਕਾਮਯਾਬੀ ਕਮੀ ਨਾਲ ਜੂਝ ਰਹੇ ਹਨ ਸੂ ਵਿਦਿਆਰਥੀਆਂ ਦੇ ਕੋਲ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੀਜੀਡਬਲਯੂਪੀ ਲਈ ਅਰਜ਼ੀ ਦੇ ਲਈ 180 ਦਿਨ ਹੁੰਦੇ ਹਨ ਹਾਲਾਂਕਿ ਜੇਕਰ ਕੋਈ ਵਿਦਿਆਰਥੀ ਪੀਜੀਡਬਲਯੂਪੀ ਪ੍ਰਾਪਤ ਕਰਨ ਤੋਂ ਪਹਿਲਾਂ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇੱਕ ਵੈਧ ਸਟੱਡੀ ਪਰਮਿਟ ਪ੍ਰਾਪਤ ਕਰਨਾ ਹੋਵੇਗਾ ਵਿਨੇ ਪੱਤਰ ਦੌਰਾਨ ਵਿਦਿਆਰਥੀਆਂ ਨੂੰ ਆਪਣੀ ਡਿਗਰੀ ਜਾਂ ਡਿਪਲੋਮਾ ਅਧਿਕਾਰਤ ਪ੍ਰਤੀਲਿਪੀ ਜਾਂ ਆਪਣੀ ਸੰਸਥਾ ਤੋਂ ਪੂਰਾ ਹੋਣ ਦਾ ਪੱਤਰ ਦਿਖਾਉਣ ਦੀ ਲੋੜ ਹੋਵੇਗੀ ਕਿ ਵਿਦਿਆਰਥੀ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਜੇਕਰ ਕਿਸੇ ਵਿਦਿਆਰਥੀ ਦੇ ਸਟੱਡੀ ਪਰਮਿਟ ਦੀ ਮਿਆਦ PGWP ਪ੍ਰਾਪਤ ਕਰਨ ਤੋਂ ਪਹਿਲਾਂ ਖਤਮ ਹੋ ਜਾਂਦੀ ਹੈ ਤਾਂ ਉਹਨਾਂ ਕੋਲ ਸਟੱਡੀ ਪਰਮਿਟ ਪ੍ਰਾਪਤ ਕਰਨ ਲਈ 90 ਦਿਨ ਹੁੰਦੇ ਹਨ ਵਿਦਿਆਰਥੀਆਂ ਨੂੰ ਆਪਣਾ ਸਟੱਡੀ ਪਰਮਿਟ ਪ੍ਰਾਪਤ ਕਰਨ ਲਈ ਇੱਕ PGWP ਐਪਲੀਕੇਸ਼ਨ ਅਤੇ ਵੀਜ਼ਾ ਦੋਵਾਂ IRCC ਨੂੰ ਜਮ੍ਹਾਂ ਕਰਾਉਣੀ ਪੈਣੀ ਆ ਹਾਲਾਂਕਿ ਇਸ ਸਮੇਂ ਦੌਰਾਨ ਵਿਦਿਆਰਥੀ ਉਦੋਂ ਤੱਕ ਕੰਮ ਨਹੀਂ ਕਰ ਸਕਦੇ ਜਦੋਂ ਤੱਕ ਉਨ੍ਹਾਂ ਦੇ ਅਧਿਐਨ ਜਾਂ ਵਰਕ ਪਰਮਿਟ ਨੂੰ ਮਨਜ਼ੂਰੀ ਨਹੀਂ ਮਿਲਦੀ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਮਹਿਜ਼ 2 ਦਿਨ ਲੱਗੇ ਹਨ ਤੇ 5 ਨਵੰਬਰ ਨੂੰ મતદાન ਦੀ ਪ੍ਰਕਿਰਿਆ ਮੁਕੰਮਲ ਹੋ ਜਾਣੀ ਹੈ ਹੁਣ ਤੱਕ 6 ਕਰੋੜ 10 ਲੱਖ ਮਤਦਾਤਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁੱਕੇ ਹਨ ਇਹ ਜਾਣਕਾਰੀ ਸੀਐਨਐਨ ਦੀ ਇੱਕ ਰਿਪੋਰਟ ਵਿੱਚ ਦਿੱਤੀ ਗਈ ਹੈ ਇਸ ਰਿਪੋਰਟ ਅਨੁਸਾਰ ਮਤਦਾਤਾ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਅਗਾਊਂ મતદાન ਕੀਤਾ ਹੈ ਮਤਦਾਤਾ ਨੇ ਅਗਾਓ મતદાન ਕਰਨ ਲਈ ਡਾਕ ਸੇਵਾ ਦੀ ਵਰਤੋਂ ਕੀਤੀ ਹੈ ਜਾਂ ਫਿਰ ਨਿੱਜੀ ਤੌਰ ਤੇ ਵੋਟ ਬਕਸਿਆਂ ਵਿੱਚ ਵੋਟਾਂ ਪਾਈਆਂ ਹਨ ਇਸੇ ਦੌਰਾਨ ਸੀਐਨਐਨ ਵੱਲੋਂ ਐਸਐਸਆਰਐਸ ਰਾਹੀਂ ਕਰਵਾਏ ਤਾਜ਼ਾ ਸਰਵੇ ਅਨੁਸਾਰ ਜਾਰਜੀਆ ਦੇ ਤੇ ਉੱਤਰ ਕੈਰੋਲਿਨਾ ਵਿੱਚ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰੀਸ ਤੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਵਿਚਾਲੇ ਮੁਕਾਬਲਾ ਬਹੁਤ ਹੀ ਫਸਮਾ ਹੈ ਸਰਵੇ ਵਿੱਚ ਜਾਰਜੀਆ ਵਿੱਚ 48% ਮਤਦਾਤਾ ਨੇ ਟਰੰਪ ਦਾ ਸਮਰਥਨ ਕੀਤਾ ਹੈ ਜਦ ਕਿ 47% ਮਤਦਾਤਾ ਹੈਰਿਸ ਦੇ ਹੱਕ ਵਿੱਚ ਹਨ ਉੱਤਰੀ ਕੈਰੋਲਿਨਾ ਦੇ ਵਿੱਚ 48% ਮਤਦਾਤਾ ਹੈਰਿਸ ਦੇ ਹੱਕ ਵਿੱਚ ਹਨ ਜਦ ਕਿ 47% ਯਾਨੀ 47% ਮਤਦਾਤਾ ਟਰੰਪ ਦੇ ਨਾਲ ਖੜੇ ਹੋਏ ਹਨ ਸਰਵੇ ਦੇ ਵਿੱਚ ਗਲਤੀ ਦੀ ਸੰਭਾਵਨਾ ਵੀ ਮੌਜੂਦ ਹੈ ਇਸ ਲਈ ਇਨ੍ਹਾਂ ਦੋਨਾਂ ਰਾਜਾਂ ਵਿੱਚ ਕੋਈ ਵੀ ਉਮੀਦਵਾਰ ਆਪਣੀ ਜਿੱਤ ਪੱਕੀ ਹੋਣ ਦਾ ਦਾਅਵਾ ਨਹੀਂ ਕਰ ਸਕਦਾ ਇਹ ਬਹੁਤ ਦਿਲਚਸਪ ਤੱਥ ਹੈ ਕਿ 2008 ਵਿੱਚ ਉਤਰੀ ਕੈਰੋਲੀਨਾ ਦੇ ਮਤਦਾਤਾ ਨੇ ਸਾਹ ਕ ਰਾਸ਼ਟਰਪਤੀ ਯਾਨੀ ਕਿ ਬੁਰਾਕ ਓਬਾਮਾ ਦਾ ਸਾਥ ਦਿੱਤਾ ਸੀ ਜਦਕਿ ਪਿਛਲੀਆਂ 4 ਚੋਣਾਂ ਵਿੱਚ ਮਤਦਾਤਾ ਰਿਪਬਲਿਕਨ ਉਮੀਦਵਾਰਾਂ ਦੇ ਹੱਕ ਵਿੱਚ ਰਹੇ ਹਨ ਕੈਨੇਡਾ ਦੇ ਵਿੱਚ ਹੋਏ ਹਰਦੀਪ ਸਿੰਘ ਨਿੱਜ ਦੇ ਕਤਲ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿਚਕਾਰ ਦੀ ਕੜਵਾਹਟ ਲਗਾਤਾਰ ਵੱਧਦੀ ਜਾ ਰਹੀ ਹੈ ਕਰਨਾਵਾ ਸਰਕਾਰ ਵੱਲੋਂ ਲਗਾਤਾਰ ਨੀਜਰ ਦੇ ਕਤਲ ਪਿੱਛੇ ਭਾਰਤ ਸਰਕਾਰ ਤੇ ਏਜੰਸੀਆਂ ਦਾ ਹੱਥ ਹੋਣ ਦਾ ਦਾਵਾ ਕੀਤਾ ਗਿਆ ਹੈ। ਹੋਤੇ ਹੀ ਭਾਰਤ ਸਰਕਾਰ ਸ਼ੁਰੂ ਤੋਂ ਹੀ ਇਨਾ ਇਲਜ਼ਾਮਾਂ ਨੂੰ ਨਕਾਰਦੀ ਆ ਰਹੀ ਹੈ ਇਸੇ ਦੌਰਾਨ ਕੈਨੇਡਾ ਦੇ ਬ੍ਰੈਮਟਨ ਸਥਿਤ ਹਿੰਦੂ ਸਭਾ ਮੰਦਿਰ ਦੇ ਬਾਹਰ ਖਾਲਿਸਤਾਨੀ ਸਮਰਥਕਾਂ ਤੇ ਪਾਰਸ ਸਮਰਥਕਾਂ ਵਿਚਾਲੇ ਹਿੰਸਕ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸੀਆਂ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਇਨ੍ਹਾਂ ਵੀਡੀਓਜ਼ 'ਚ ਦਿਖਾਇਆ ਦਿਖਾਈ ਦੇ ਰਿਹਾ ਹੈ ਕਿ ਖਾਲਿਸਤਾਨ ਸਮਰਥਕ ਹੱਤਾਂ 'ਚ ਖਾਲਿਸਤਾਨੀ ਝੰਡੇ ਫੜੀ ਵੱਡੀ ਗਿੰਦਿ ਵਿੱਚ ਮੰਦਿਰ ਦੇ ਬਾਹਰ ਇਕੱਠੇ ਹੋ ਕੇ ਭਾਰਤ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ ਤੇ ਨਿੱਜ ਦੇ ਲੇ ਪਾਰੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਇਸ ਦੇ ਜਵਾਬ ਚ ਭਾਰਤੀ ਸਮਰਥਕਾਂ ਨੇ ਵੀ ਖਾਲਿਸਤਾਨ ਮੁਰਦਾਬਾਦ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਜਿਸ ਮਗਰੋਂ ਪੜਕੇ ਖਾਲਿਸਤਾਨ ਸਮਰਥਕਾਂ ਨੇ ਉਹਨਾਂ ਤੇ ਲਾਟੀਆਂ ਨਾਲ ਹਮਲਾ ਕਰ ਦਿੱਤਾ ਤੇ ਇਸ ਦੌਰਾਨ ਉਹ ਮੰਦਰ ਦੇ ਅੰਦਰ ਤੱਕ ਆ ਗਏ ਜੇਕਰ ਇਸ ਮਸਲੇ ਨੂੰ ਛੇਤੀ ਹੀ ਨਾ ਸੁਲਝਾਇਆ ਗਿਆ ਤਾਂ ਇਹ ਅੱਗੇ ਜਾ ਕੇ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰੈਂਪਟਨ ਦੇ ਹਿੰਦੂ ਸਭਾ ਮੰਦਿਰ ਦੇ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਕੀਤੇ ਗਏ ਹਮਲੇ ਦੀ ਸਖਤ ਨਿੰਦਾ ਕੀਤੀ ਹੈ ਧਾਰਮਿਕ ਆਜ਼ਾਦੀ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਟਰੂਡੋ ਨੇ ਕਿਹਾ ਕਿ ਹਰੇਕ ਕੈਨੇਡੀਅਨ ਨੂੰ ਸੁਰੱਖਿਅਤ ਤਰੀਕੇ ਨਾਲ ਆਪਣੇ ਧਰਮ ਦਾ ਪਾਲਣ ਕਰਨ ਦਾ ਅਧਿਕਾਰ ਹੈ ਐਕਸ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਟੂਡੋ ਨੇ ਲਿਖਿਆ ਕਿ ਬ੍ਰੈਮਟਨ ਵਿੱਚ ਹਿੰਦੂ ਸਭਾ ਮੰਦਰ ਵਿੱਚ ਹੋਈ ਹਿੰਸਾ ਅਸਵੀਕਾਰਨਯੋਗ ਹੈ ਹਰ ਕੈਨੇਡੀਅਨ ਨੂੰ ਆਜ਼ਾਦੀ ਅਤੇ ਸੁਰੱਖਿਟੀ ਢੰਗ ਨਾਲ ਆਪਣੇ ਧਰਮ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਅਧਿਕਾਰ ਹੈ ਕਮਿਊਨਿਟੀ ਦੀ ਸੁਰੱਖਿਆ ਅਤੇ ਇਸ ਘਟਨਾ ਦੀ ਜਾਂਚ ਲਈ ਤੇਜ਼ੀ ਨਾਲ ਪ੍ਰਤੀਕਿਰਿਆ ਦੇ ਲਈ ਪੀਲ ਖੇਤਰੀ ਪੁਲਿਸ ਦਾ ਧੰਨਵਾਦ ਨਵੰਬਰ ਨੂੰ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਲਈ ਪੈ ਰਹੀਆਂ ਵੋਟਾਂ ਦੇ ਮੱਦੇਨਜ਼ਰ ਸੰਭਾਵੀ ਹਿੰਸਾ ਨੂੰ ਰੋਕ ਲਈ ਵਾਸ਼ਿੰਗਟਨ ਤੇ 오ਰੇਗਨ ਸਮੇਤ ਕਈ ਰਾਜਾਂ ਵਿੱਚ احتیاط ਵਜੋਂ ਨੈਸ਼ਨਲ ਗਾਰਡਾ ਨੂੰ ਤਿਆਰ ਤਿਆਰ ਰੱਖਿਆ ਗਿਆ ਹੈ ਤਾਂ ਜੋ ਲੋੜ ਪੈਣ ਤੇ ਉਹ ਪੁਲਿਸ ਤੇ ਹੋਰ ਲਾ ਇਨਫੋਰਸਮੈਂਟ ਏਜੰਸੀਆਂ ਦੀ ਮਦਦ ਕਰ ਸਕਣ ਅਧਿਕਾਰੀਆਂ ਦੇ ਅਨੁਸਾਰ ਵਾਸ਼ਿੰਗਟਨ ਤੇ ਓਰੇਗਨ ਰਾਜਾਂ ਵਿੱਚ ਬੀਤੇ ਦਿਨੀ ਵੋਟ ਬਕਸਿਆਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਾਪਰੀਆਂ ਸਨ ਜਿਸ ਤੋਂ ਬਾਅਦ ਨੈਸ਼ਨਲ ਗਾਰਡਾ ਦੀ ਮਦਦ ਲੈਣ ਦਾ ਫੈਸਲਾ ਕੀਤਾ ਗਿਆ ਵਾਸ਼ਿੰਗਟਨ ਦੇ ਗਵਰਨਰ ਜੈ ਇਨਸਲੀ ਨੇ ਇੱਕ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਨੈਸ਼ਨਲ ਗਾਰਡ ਸਹਾਇਤਾ ਲਈ ਤਿਆਰ ਬਰਤਿਆਰ ਰਹਿਣਗੇ ਉਹਨਾਂ ਨੇ ਇਹ ਤਾਂ ਨਹੀਂ ਦੱਸਿਆ ਕਿ ਵੋਟਰਾਂ ਵਾਲੇ ਦਿਨ 5 ਨਵੰਬਰ ਨੂੰ ਕਿੰਨੀ ਘੰਟੇ ਵਿੱਚ ਨੈਸ਼ਨਲ ਗਾਰਡ ਤੈਨਾਤ ਹੋਣਗੇ ਪਰੰਤੂ ਕਿਹਾ ਹੈ ਕਿ ਸੋਮਵਾਰ ਤੋਂ ਵੀਰਵਾਰ ਤੱਕ ਲॉ ਇਨਫੋਰਸਮੈਂਟ ਵਿਭਾਗ ਦੀ ਮਦਦ ਕਰਨ ਲਈ ਲੜੀਂਦੀ ਤਾਦਾਦ ਵਿੱਚ ਨੈਸ਼ਨਲ ਗਾਰਡ ਉਪਲਬਧ ਹੋਣਗੇ ਉਦਰੀ ਬਿਆਨ ਵਿੱਚ ਹੋਰ ਕਿਹਾ ਹੈ ਕਿ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨੇ ਚੋਣ ਅਮਲ ਵਿੱਚ ਵਿਗਨਪੌਨ ਦੀ ਸੰਭਾਵਨਾ ਬਾਰੇ ਚੌਕਸ ਕੀਤਾ ਹੈ ਇਸ ਲਈ ਕੋਈ ਲਾਪਰਵਾਹੀ ਨਹੀਂ ਬਰਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਆਮ ਚੋਣਾ ਦੌਰਾਨ ਸੰਭਾਵੀ ਹਿੰਸਾ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਬਾਰੇ ਪ੍ਰਗਟਾਈ ਜਾ ਰਹੀ ਚਿੰਤਾ ਕਾਰਨ ਮੈਂ ਇੱਕ ਗੱਲ ਜੀ ਕੀ ਨਹੀਂ ਬਣਾ ਲੈਣਾ ਚਾਹੁੰਦੀ ਆ ਕਿ ਲੋਡ ਪੈਨ ਤੇ ਪੂਰੀ ਤਿਆਰੀ ਨਾਲ ਜਵਾਬ ਦਿੱਤਾ ਜਾਵੇਗਾ ਔਰੇਗਨ ਦੇ ਗਵਰਨਰ ਨੇ ਵੀ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਨੈਸ਼ਨਲ ਗਾਰਡਾ ਨੂੰ ਤਿਆਰ ਬਰਤਿਆਰ ਰੱਖਿਆ ਗਿਆ ਹੈ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ 2 ਦਿਨ ਪਹਿਲਾਂ ਇੱਕ ਨਵੇਂ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਆਇਓਵਾ ਵਿੱਚ ਸੰਭਾਵਿਤ ਵੋਟਰਾਂ ਵਿੱਚ ਉਪ ਰਾਸ਼ਟਰਪਤੀ ਕੰਬਲਾ ਹੈਰਿਸ ਨੂੰ ਸਾਹਕਾਰ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਮੁਕਾਬਲੇ 47% ਯਾਨੀ 47 ਫੀਸਦੀ ਦੀ ਲੀਡ ਮਿਲੀ ਹੈ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ 트੍ਰੰਪ ਨੇ ਸਰਵੇਖਕਾਂ ਨੂੰ ਫਰਜ਼ੀ ਅਤੇ ਗੁੰਮਰਾਹਕੁੰਨ ਦੱਸਿਆ ਰੱਦ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਸਰਵੇਖਕ ਡੈਮੋਕ੍ਰੈਟਿਕ ਪਾਰਟੀ ਵੱਲੋਂ ਉਹਨਾਂ ਦੀ ਵਿਰੋਧੀ ਦੇ ਹੱਕ ਵਿੱਚ ਕੀਤਾ ਗਿਆ ਹੈ ਉਹਨਾਂ ਨੇ ਇੱਕ ਪ੍ਰਮੁੱਖ ਚੋਣ ਖੇਤਰ ਪੈਂਸਿਲਵੇਨੀਆ ਵਿੱਚ ਇੱਕ ਰੈਲੀ ਵਿੱਚ ਕਿਹਾ ਕਿ ਮੇਰੇ ਦੁਸ਼ਮਣਾਂ ਵਿੱਚੋਂ ਇੱਕ ਨੇ ਇੱਕ ਪੋਲ ਜਾਰੀ ਕੀਤਾ ਹੈ ਜੋ ਦਰਸਾਉਂਦਾ ਹੈ ਕਿ ਮੈਂ 3 ਅੰਕਾਂ ਪਿਛੇ ਹਾਂ ਉਦਰੀ ਜੇ ਬਾਕੀ ਸਰਵੇਖਕਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਵੀ ਕਮਲਾ ਹੈਰਿਸ ਡੋਨਲਡ ਰਮਨਾਲੋ ਅੱਗੇ ਜਾ ਰਹੀ ਹੈ ਪਰ ਡੋਨਲਡ ਰਮ ਉਹਨਿਸ ਨੂੰ ਫਰਜੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਸੋ 트ੰਪ ਨੂੰ ਲੈ ਕੇ ਅਤੇ ਕਮਲਾ ਹੈਰਿਸ ਨੇ ਵੀ ਬਹੁਤ ਸਾਰੀਆਂ 트ੰਪ ਤੇ ਟਿੱਪਣੀਆਂ ਕੀਤੀਆਂ ਨੇ ਤੇ ਦੋਸ਼ ਲਗਾਏ ਨੇ ਉਦਰੀ 트ੰਪ ਵੀ ਲਗਾਤਾਰ ਜਿਹੜੇ ਨੇ ਤਿੱਖਾ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਹਨ ਉਦਰੀ ਆਯੋਵਾ ਵਿੱਚ VOTING ਦੇ ਨਤੀਜਿਆਂ ਨੂੰ 트ੰਪ ਲਈ ਨਿਰਾਸ਼ਾਜਨਕ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਹੈਰਿਸ ਵੱਲ ਝੁਕਾਅ ਦਾ ਸੰਕੇਤ ਦਿੰਦਾ ਹੈ ਸਤੰਬਰ ਵਿੱਚ ਇਸੇ ਸਮਾਚਾਰ ਸੰਗਠਨ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਵਿੱਚ 트ੰਪ ਨੂੰ ਹੈਰਿਸ ਤੋਂ 4 ਅੰਕ ਅੱਗੇ ਦਿਖਾਇਆ ਗਿਆ ਸੀ ਜੂਨ ਵਿੱਚ ਜਦੋਂ ਰਾਸ਼ਟਰਪਤੀ ਜੋ ਬਾਈਡਨ ਰਾਸ਼ਟਰਪਤੀ ਦੌੜ ਵਿੱਚ ਸਨ ਉਦੋਂ 트ੰਪ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਤੋਂ 18 ਅੰਕਾਂ ਨਾਲ ਅੱਗੇ ਸਨ ਹਾਲੀ ਦੇ ਸਰਵੇਖਣ ਅਨੁਸਾਰ ਔਰਤਾਂ ਅਤੇ ਆਜ਼ਾਦ ਵੋਟਰਾਂ ਦੇ ਸਮਰਥਨ ਕਾਰਨ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੈਰਿਸ ਇਸ ਦੌੜ ਵਿੱਚ ਅੱਗੇ ਦਿਸ ਰਹੀ ਹੈ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਮੌਜੂਦਾ ਵੋਟਿੰਗ ਪ੍ਰਕਿਰਿਆ ਨੂੰ ਲੈ ਕੇ ਨਿਰਾਸ਼ਾ ਜ਼ਾਹਰ ਕੀਤੀ ਅਤੇ ਮੰਗ ਕੀਤੀ ਕਿ ਵੋਟਿੰਗ ਦੌਰਾਨ ਵੋਟਰ ਆਈਡੀ ਕਾਰਡ ਨੂੰ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ 트ੰਪ ਨੇ ਅਮਰੀਕੀ ਲੋਕਾਂ ਨੂੰ ਆਖਰੀ ਦੌਰ ਦੀਆਂ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਵੋਟਰ ਸ਼ਨਾਖਤੀ ਕਾਰਡ ਦਾ ਵਿਰੋਧ ਕਰ ਰਹੇ ਹਨ ਤਾਂ ਜੋ ਉਹ ਹੇਰਾਫੇਰੀ ਕਰ ਸਕਣ। ਪੈਂਸਿਲਵੇਨੀਆ ਵਿੱਚ ਇੱਕ ਚੋਹ ਰੈਲੀ ਵਿੱਚ 트럼ਪ ਨੇ ਆਪਣੇ ਸਮਰਥਕਾਂ ਨੂੰ ਕਿਹਾ ਮੈਨੂੰ ਨਹੀਂ ਪਤਾ ਕਿ ਸਾਡੇ ਕੋਲ ਵੋਟਰ ਆਈਡੀ ਕਾਰਡ ਕਿਉਂ ਨਹੀਂ ਹਨ ਜਿਹੜੇ ਲੋਕ ਅਸਲ ਡੈਮੋਕ੍ਰੇਟ ਹਨ ਉਹਨਾਂ ਨੂੰ ਵੀ ਵੋਟਰ ਪਛਾਣ ਪੱਤਰ ਵਰਗਾ ਕੁਝ ਜ਼ਰੂਰ ਚਾਹੀਦਾ ਹੋਵੇਗਾ ਪਰ ਉਹ ਯਾਨੀ ਕਿ ਡੈਮੋਕ੍ਰੈਟਿਕ ਪਾਰਟੀ ਨਾਲ ਜੁੜੇ ਲੋਕ ਇਹ ਰਫੇਰੀ ਕਰਨਾ ਜਾਣਦੇ ਹਨ ਵੋਟਰ ਆਈਡੀ ਕਾਰਡ ਦਾ ਵਿਰੋਧ ਕਰਨ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਤੁਸੀਂ ਵੋਟਰ ਆਈਡੀ ਕਾਰਡ ਨਹੀਂ ਚਾਹੁੰਦੇ ਹਨ ਉਸ ਨੇ ਆਪਣੇ ਸਵਰਥ ਕਰਨ ਗਿਆ ਮੈਂ ਹੀ ਇਕੱਲਾ ਹਾਂ ਜੋ ਇਸ ਬਾਰੇ ਕੁੱਲ ਕੇ ਆਪਣੀ ਆਵਾਜ਼ ਉਠਾ ਰਿਹਾ ਹਾਂ ਹਰ ਕੋਈ ਇਸ ਬਾਰੇ ਗੱਲ ਕਰਨ ਤੋਂ ਡਰਦਾ ਹੈ ਇਸ ਲਈ ਉਹ ਤੁਹਾਡੇ ਤੇ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਉਂਦੇ ਅਤੇ ਉਹ ਡੈਮੋਕ੍ਰੈਟਿਕ ਤੁਹਾਨੂੰ ਜੇਲ डकਣਾ ਚਾਹੁੰਦੇ ਹਨ ਜਦਕਿ ਉਹਨਾਂ ਲੋਕਾਂ ਨੂੰ ਜੇਲ੍ਹ 'ਚ ਰੱਖਣਾ ਚਾਹੀਦਾ ਹੈ ਜੋ ਦੇਸ਼ 'ਚ ਹੋਣ ਵਾਲੀਆਂ ਇਨਾਜੋਣਾ ਵਿੱਚ ਛੇੜਾਫੇਰੀ ਕਰਨ ਦੀ ਸਾਜ਼ਿਸ਼ ਰਚ ਰਹੇ ਹਨ ਤੁਹਾਨੂੰ ਦੱਸ ਦਈਏ ਕਿ 트ੰਪ ਦੇ ਇਹ ਸਾਰੇ ਬਿਆਨ ਉਦੋਂ ਸਾਹਮਣੇ ਆ ਰਹੇ ਹਨ ਜਦੋਂ ਸਰਵੇਖਣਾਂ ਸਰਵੇਖਣਾਂ ਦੇ ਵਿੱਚ ਕਮਲਾ ਹੈਰਿਸ 트ੰਪ ਤੋਂ ਅੱਗੇ ਨਜ਼ਰ ਆ ਰਹੀ ਹੈ ਇਸੇ ਨਿਰਾਸ਼ਾ ਦੇ ਚਲਦੇ ਹੁਣ 트ੰਪ ਜਿਹੜੇ ਨੇ ਇਸ ਤਰੀਕੇ ਦੇ ਇਲਜ਼ਾਮ ਡੈਮੋਕ੍ਰੇਟਿਕ ਪਾਰਟੀ ਦੇ ਉੱਤੇ ਲਗਾਤਾਰ ਲਗਾ ਰਹੇ ਹਨ ਪਰ ਇਸ ਗੱਲ 'ਤੇ ਕੋਈ ਸ਼ੱਕ ਨਹੀਂ ਹੈ ਕਿ ਬਾਕੀ ਸਰਵੇਖਣਾਂ ਦੇ ਵਿੱਚ ਕਮਲਾ ਹੈਰਿਸ ਡੋਨਾਲਡ 트ੰਪ ਦੇ ਨਾਲੋਂ ਅੱਗੇ ਨਜ਼ਰ ਆ ਰਹੀ ਹੈ ਤੇ ਕੁਝ ਅੰਕ ਹੋਰ ਅੱਗੇ ਵਿੱਚ ਰਹੀ ਹੈ ਹੁਣ ਕਮਲ ਹੈਰੀਸ ਨੂੰ ਕੁਝ ਹੋਰ ਵੋਟਾਂ ਦੀ ਜ਼ਰੂਰਤ ਹੈ ਜਿੱਤਵਲ ਅੱਗੇ ਵਧਣ ਲਈ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰੋਜ਼ਗਾਰ ਇੱਕ ਵੱਡਾ ਮੁੱਦਾ ਹੈ ਅਮਰੀਕੀ ਨਾਗਰਿਕਾਂ ਨੂੰ ਉਮੀਦ ਹੈ ਕਿ ਨਵੀਂ ਸਰਕਾਰ ਦੇਸ਼ ਵਿੱਚ ਵਧਦੀ ਮਹਿੰਗਾਈ ਅਤੇ ਬੇਰੋਜ਼ਗਾਰੀ ਤੇ ਕਾਬੂ ਪਾ ਲਵੇਗੀ ਹਾਲਾਂਕਿ ਚੋਣਾ ਤੋਂ ਪਹਿਲਾਂ ਅਜਿਹੇ ਕਈ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਅਮਰੀਕਾ ਵਿੱਚ ਵਿਦੇਸ਼ੀ ਮੂਲ ਦੇ ਲੋਕਾਂ ਦੀ ਮੌਜੂਦਗੀ ਕਾਰਨ ਅਮਰੀਕੀ ਨਾਗਰਿਕਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਕੁਝ 트럼ਪ ਪੱਖੀ ਅਰਥ ਸ਼ਾਸਤਰੀਆਂ ਅਤੇ ਮੇਗਾ ਮੀਡੀਆ ਨੇ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਆਂਕੜਿਆਂ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਕਿ ਵਿਦੇਸ਼ੀ ਮੂਲ ਦੇ ਲੋਕ ਅਮਰੀਕਾ ਦੀਆਂ ਜ਼ਿਆਦਾਤਰ ਨੌਕਰੀਆਂ ਲੈ ਰਹੇ ਹਨ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਪਿਛਲੇ ਸਾਲ 8 ਲੱਖ ਅਮਰੀਕੀ ਨਾਗਰਿਕਾਂ ਨੇ ਨੌਕਰੀਆਂ ਗਵਾ ਦਿੱਤੀਆਂ ਜਦਕਿ ਵਿਦੇਸ਼ੀ ਨਿਵਾਸੀਆਂ ਕਾਮਿਆਂ ਨੇ 1 ਮਿਲੀਅਨ ਯਾਨੀ 10 ਲੱਖ ਤੋਂ ਵੱਧ ਨੌਕਰੀਆਂ ਹਾਸਲ ਕੀਤੀਆਂ ਅਮਰੀਕੀ ਲੇਬਰ ਮਾਰਕੀਟ ਵਿਦੇਸ਼ੀ ਕਾਮੀਆਂ ਅਤੇ ਸਰਕਾਰੀ ਨੌਕਰਸ਼ਾਹਾਂ ਨਾਲ ਭਰੀ ਹੋਈ ਹੈ ਰਿਪੋਰਟ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਕਈ ਸੰਸਥਾਵਾਂ ਅਮਰੀਕੀ ਮੂਲ ਦੇ ਨਾਗਰਿਕਾਂ ਦੀ ਬਜਾਏ ਵਿਦੇਸ਼ੀ ਮੂਲ ਦੇ ਲੋਕਾਂ ਨੂੰ ਨੌਕਰੀ ਦੇਣ ਨੂੰ ਤਰਜੀਹ ਦਿੰਦੀਆਂ ਹਨ ਕੋਰੋਨਾ ਮਹਾਮਾਰੀ ਤੋਂ ਬਾਅਦ ਕੁਝ ਹੀ ਅਮਰੀਕੀ ਨਾਗਰਿਕਾਂ ਨੂੰ ਨੌਕਰੀਆਂ ਮਿਲੀਆਂ ਹਨ ਬ੍ਰਿਡਬਾਰਡ ਦੀ ਰਿਪੋਰਟ ਮੁਤਾਬਕ ਵਿਦੇਸ਼ੀ ਵੱਡੇ ਪੱਧਰ ਤੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋ ਰਹੇ ਹਨ ਉਹ ਮੂਲ ਅਮਰੀਕੀਆਂ ਦੀਆਂ ਨੌਕਰੀਆਂ ਲੈ ਰਹੇ ਹਨ ਅਤੇ ਅਜਿਹਾ ਦੁਬਾਰਾ ਹੋ ਸਕਦਾ ਹੈ ਉਦਰੀ ਪਿਓ ਰਿਸਰਚ ਸੈਂਟਰ ਦੀ ਰਿਪੋਰਟ ਮੁਤਾਬਕ ਸਾਲ 2022 ਤੱਕ 30 ਮਿਲੀਅਨ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਗੈਰ ਕਾਨੂੰਨੀ ਪਰਦੇਸੀ ਲੋਕਾਂ ਨੇ ਅਮਰੀਕੀ ਨੌਕਰੀਆਂ ਤੇ ਕਬਜ਼ਾ ਕਰ ਲਿਆ ਹੈ ਭਾਰਤੀ ਮੂਲ ਦੇ ਡੈਮੋਕ੍ਰੈਟਿਕ ਆਗੂ ਨੀਲ ਮਖੀਜਾ ਨੇ ਕਿਹਾ ਕਿ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ 8 ਕਰੋੜ ਅਮਰੀਕੀਆਂ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸੱਤਾ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਸੀ ਤੇ ਅਜੇ ਵੀ ਉਹ ਟਰੰਪ ਉੱਤੇ ਯਕੀਨ ਨਹੀਂ ਕਰਦੇ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ 5 ਨਵੰਬਰ ਨੂੰ ਹੋਣੀਆਂ ਹਨ ਸੀਐਨਐਨ ਤੇ ਹੋਨਾ ਆਊਟਲੈਟਾਂ ਵੱਲੋਂ ਕੀਤੇ ਸਰਵੇਖਣ ਵਿੱਚ ਟਰੰਪ ਤੇ ਕਮਲਾ ਦਰਮਿਆਨ ਫਸਵੇਂ ਮੁਕਾਬਲੇ ਦੀ ਪੇਸ਼ੀਨਗੋਇਕ ਕੀਤੀ ਜਾ ਰਹੀ ਹੈ ਹਾਰਵਰਡ ਤੋਂ ਪੜ੍ਹੇ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਮੁੱਖ ਚਿਹਰਿਆਂ ਵਿੱਚ ਸ਼ਮਾਨ ਮਖੀਜਾ ਪੈਂਸਿਲਵੇਨੀਆ ਵਿੱਚ ਉਪ ਰਾਸ਼ਟਰਪਤੀ ਕਮਲਾ ਹੈਰਿਸੀ ਚੋਲ ਮੇਮ ਦਾ ਕੰਮ ਦੇਖ ਰਹੇ ਹਨ ਮਖੀਜਾ ਨੇ ਇਸ ਖਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਸੀ ਕਿ ਇਹ ਸੋਚਣਾ ਵੀ ਫਿਕਰ ਵਦਾ ਦਿੰਦਾ ਹੈ ਕਿ 트럼ਪ ਵਾਈਟ ਹਾਊਸ ਵਿੱਚ ਵਾਪਸੀ ਕਰ ਸਕਦੇ ਹਨ ਜੇ ਵਾਪਸੀ ਦੇ ਨੇੜੇ ਹਨ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਲੋਕਾਂ ਨੇ ਹੈਰਿਸ ਨੂੰ ਮੁਲਕ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣਨ ਦਾ ਮਨ ਬਣਾ ਕੇ ਇਤਿਹਾਸ ਰਚਣ ਦੀ ਤਿਆਰੀ ਕਰ ਲਈ ਹੈ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਅਤੇ ਉਪਰਾਸ਼ਟਰਪਤੀ ਕੰਬਲਾ ਹੈਰਿਸ ਨੇ ਪ੍ਰਕਾਸ਼ਿਤ ਇੱਕ ਲੇਖ ਵਿੱਚ ਆਪਣੇ ਬਚਪਨ ਦੇ ਭਾਰਤ ਦੌਰੇ ਅਤੇ ਕੈਂਸਰ ਦੇ ਇਲਾਜ ਕਰਨ ਦੇ ਆਪਣੀ ਮਾਂ ਦੇ ਮਿਸ਼ਨ ਨੂੰ ਯਾਦ ਕੀਤਾ ਹੈਰਿਸ ਨੇ ਦੱਖਣੀ ਏਸ਼ੀਆਈ ਆਨਲਾਈਨ ਪ੍ਰਕਾਸ਼ਨ ਦਾ ਇੱਕ ਪ੍ਰਕਾਸ਼ਿਤ ਇੱਕ ਲੇਖ ਵਿੱਚ ਇਹ ਕਿਹਾ ਕਿ ਜਦੋਂ ਮੇਰੀ ਪੈਨ ਅਤੇ ਮੈਂ ਵੱਡੇ ਹੋ ਰਹੇ ਸੀ ਮੇਰੀ ਮਾਂ ਨੇ ਸਾਨੂੰ ਆਪਣੀ ਵਿਰਾਸਤ ਦੀ ਕਦਰ ਕਰਨਾ ਅਤੇ ਸਤਿਕਾਰ ਕਰਨਾ ਸਿਖਾਇਆ ਅਸੀਂ ਲਗਭਗ ਹਰ ਦੂਜੇ ਸਾਲ ਦੀਵਾਲੀ ਦੇ ਮੌਕੇ ਤੇ ਭਾਰਤ ਜਾਂਦੇ ਸੀ ਅਸੀਂ ਆਪਣੇ ਦਾਦਾ-ਦਾਦੀ ਅਤੇ ਹੋਰ ਰਿਸ਼ਤੇਦਾਰਾਂ ਨਾਲ ਸਮਾਪਤੀਤ ਕਰਦੇ ਸੀ ਉਹਨਾਂ ਨੇ ਕਿਹਾ ਉਪ ਰਾਸ਼ਪਤੀ ਹੋਣ ਦੇ ਨਾਤੇ ਮੇਰੇ ਨਿਵਾਸ ਯਾਨੀ ਕਿ ਉਪ ਰਾਸ਼ਪਤੀ ਦੀ ਸਰਕਾਰੀ ਰਿਹਾਈਸ਼ ਤੇ ਦੀਵਾਲੀ ਦੇ ਜਸ਼ਨਾਂ ਦਾ ਆਯੋਜਨ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ ਇਸ ਉਦੇਸ਼ ਸਿਰਫ ਛੁੱਟੀਆਂ ਮਨਾਉਣਾ ਹੀ ਨਹੀਂ ਸਗੋ ਦੱਖਣੀ ਏਸ਼ੀਆਈ ਅਮਰੀਕੀ ਡਾਇਸਪੋਰਾ ਦੇ ਅਮੀਰ ਇਤਿਹਾਸ ਸਭਿਆਚਾਰ ਅਤੇ ਵਿਰਾਸਤ ਨੂੰ ਵੀ ਮਨਾਉਣਾ ਹੈ 5 ਨਵੰਬਰ ਦੇ ਰਾਸ਼ਪਤੀ ਚੋਣ ਤੋਂ 3 ਦਿਨ ਪਹਿਲਾ ਪ੍ਰਕਾਸ਼ਿਤ ਆਪਣੇ ਲੇਖ ਵਿੱਚ ਹੈਰਿਸ ਨੇ ਕਿਹਾ ਕਿ ਉਸ ਦੀ ਮਾਂ श्यामला हैरिस 19 ਸਾਲ ਦੀ ਉਮਰ ਵਿੱਚ ਭਾਰਤ ਤੋਂ ਅਮਰੀਕਾ ਆਏ ਸੀ ਉਸਨੇ ਲਿਖਿਆ ਮੇਰੀ ਮਾਂ ਦੇ ਜੀਵਨ ਵਿੱਚ ਦੋ ਟੀਚੇ ਸਨ ਪਹਿਲਾ ਆਪਣੀਆਂ ਦੋ ਧੀਆਂ ਯਾਨੀ ਮੈਨੂੰ ਅਤੇ ਮੇਰੀ ਭੈਣ ਮਾਇਆ ਦਾ ਪਾਲਣ ਪੋਸ਼ਣ ਕਰਨਾ ਅਤੇ ਦੂਜਾ ਛਾਤੀ ਦੇ ਕੈਂਸਰ ਦਾ ਇਲਾਜ ਕਰਨਾ ਰਾਸ਼ਟਰਪਤੀ ਚੋਣ ਦੇ ਬਾਰੇ ਉਸਨੇ ਇਹ ਕਿਹਾ ਕਿ ਉਹ ਵਿਸ਼ਵਾਸ ਕਰਦੀ ਹੈ ਕਿ ਅਮਰੀਕੀ ਲੋਕ ਅਜਿਹਾ ਰਾਸ਼ਟਰਪਤੀ ਚਾਹੁੰਦੇ ਹਨ ਜੋ ਸਾਰੇ ਅਮਰੀਕੀਆਂ ਲਈ ਕੰਮ ਕਰੇ ਟ੍ਰਾਂਟੋ ਪੁਲਿਸ ਵੱਲੋਂ ਕਾਰ ਚੋਰੀਆਂ ਵਿਰੁੱਧ ਵਿੱਡੀ ਮਹਿੰਮ ਤਹਿਤ 59 ਕਾਰ ਚੋਰੀ ਕਾਬੂ ਕਰਕੇ 350 ਕਾਰਾਂ ਯਾਨੀ 350 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ ਪਛਾਣ ਲੁਕਾਉਣ ਲਈ ਕਈ ਕਾਰਾਂ ਦੀ ਵੱਡ ਟੁਕ ਕੀਤੀ ਹੋਈ ਸੀ ਅਤੇ ਕਈਆਂ ਨੂੰ ਜਾਲੀ ਦਸਤਾਵੇਜ਼ ਦੇ ਧਾਰ ਤੇ ਅਸਲੀ ਪਲੇਟਾਂ ਲਾਈਆਂ ਗਈਆਂ ਸਨ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਦੱਸਿਆ ਕਿ ਚੋਰਾਂ ਵੱਲੋਂ ਚੋਰੀ ਕਰਕੇ ਬੈਲਜੀਅਮ ਭੇਜੀਆਂ ਗਈਆਂ ਕਾਰਾਂ ਦਾ ਪਤਾ ਲਾ ਕੇ ਉੱਥੋਂ ਉਹ ਕਾਰਾਂ ਵਾਪਸ ਲਿਆਉਣ ਦੀ ਯਤਨ ਕੀਤੇ ਜਾ ਰਹੇ ਹਨ ਪੁਲਿਸ ਅਧਿਕਾਰੀਆਂ ਅਨੁਸਾਰ ਚੋਰੀ ਦੀਆਂ ਕਈ ਕਾਰਾਂ ਦੇ ਵਿਨ ਨੰਬਰ ਬਦਲ ਕੇ ਜਾਲੀ ਕਾਗਜ਼ਾਤ ਤਿਆਰ ਕਰਕੇ ਰਜਿਸਟਰ ਕੀਤਾ ਗਿਆ ਸੀ ਇਸ ਤੋਂ ਲੱਗਦਾ ਹੈ ਕਿ ਇਸ ਕੰਮ ਵਿੱਚ ਅਨਟੋਰੀਓ ਸੇਵਾਵਾ ਦੇ ਕੁਝ ਮੁਲਾਜ਼ਮ ਵੀ ਸ਼ਾਮਲ ਹੋ ਸਕਦੇ ਹਨ ਉਹਨਾਂ ਨੇ ਦੱਸਿਆ ਕਿ ਵਿਨ ਅਜਿਹਾ ਨੰਬਰ ਹੈ ਜੋ ਵਿਸ਼ੇ ਪਦਰਤੇ ਕਿਸੇ ਹੋਰ ਨਾਲ ਮੇਲ ਨਹੀਂ ਖਾਂਦਾ ਪਰ ਚੋਰ ਅਤੇ ਉਹਨਾਂ ਦੇ ਸਹਿਯੋਗੀ ਨੰਬਰਾਂ ਦੀ 판 ਤੋੜ ਕਰਕੇ ਕਾਰ ਨੂੰ ਨਵੀਂ ਪਲੇਟ ਲਵਾ ਕੇ ਚੋਰੀ ਦਾ ਸੁਰਾਗ ਮਿਟਾ ਦਿੰਦੇ ਹਨ ਜਿਸ ਕਰਕੇ ਚੋਰੀ ਦੀਆਂ ਕਾਰਾਂ ਫੜਨਾ ਔਖਾ ਹੋਇਆ ਪਿਆ ਸੀ ਉਹਨਾਂ ਨੇ ਦੱਸਿਆ ਕਿ ਸੁਭਰ ਸਰਕਾਰ ਵੱਲੋਂ ਇਸ ਚੋਰ ਮੋਰੀ ਨੂੰ ਬੰਦ ਕਰਨ ਵਾਸਤੇ ਹੀ ਕਾਰ ਚੋਰਾ ਲਈ ਸਖਤ ਕਾਨੂੰਨ ਤਿਆਰ ਕੀਤਾ ਗਿਆ ਹੈ ਜਿਸ ਦੇ ਪਾਸ ਹੋਣ ਤੋਂ ਬਾਅਦ ਚੋਰਾਂ ਨੂੰ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਰੱਖਣਾ ਅਤੇ ਜੋਲੀ ਦਸਤਾਵੇਜ਼ ਦੇ ਆਧਾਰ ਤੇ ਰਜਿਸਟਰ ਕਰਨ ਵਾਲਿਆਂ ਨੂੰ 1 ਲੱਖ ਡਾਲਰ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਜਿਹੜੇ 59 ਚੋਰ ਫੜੇ ਗਏ ਹਨ ਉਹਨਾਂ ਵਿੱਚੋਂ ਕਈ ਤਾਂ ਪਹਿਲਾਂ ਹੀ ਚੋਰਾਂ ਚੋਰੀ ਦੇ ਕੇਸਾਂ ਵਿੱਚ ਜ਼ਮਾਨਤੇ ਹਨ। ਲਗਭਗ 200 ਪਰਿਵਾਰਾਂ ਨੂੰ ਸ਼ਨੀਵਾਰ ਨੂੰ ਅਮਰੀਕਾ-ਮੈਕਸੀਕੋ ਸਰਹੱਦ 'ਤੇ ਇੱਕ ਹਿੱਸੇ ਵਿੱਚ ਆਪਣੇ ਅਜੀਜ਼ਾਂ ਨਾਲ ਸੰਖੇਪ ਪੁਨਰਮਿਲਣ ਲਈ ਇਕੱਠੇ ਹੋਏ। ਇਨ੍ਹਾਂ ਪਰਿਵਾਰਾਂ ਨੇ ਆਪਣੇ ਅਜੀਜ਼ਾਂ ਨੂੰ ਕਈ ਸਾਲਾਂ ਤੋਂ ਨਹੀਂ ਦੇਖਿਆ ਸੀ ਕਿਉਂਕਿ ਉਹ ਉਲਟ ਦੇਸ਼ਾਂ ਵਿੱਚ ਰਹਿੰਦੇ ਹਨ। ਜਦੋਂ ਮੈਕਸੀਕਨ ਪਰਿਵਾਰਾਂ ਨੂੰ ਅਮਰੀਕਾ ਵਿੱਚ ਪ੍ਰਵਾਸ ਕਰਨ ਵਾਲੇ ਰਿਸ਼ਤੇਦਾਰਾਂ ਨਾਲ ਸਰਹੱਦ 'ਤੇ ਕੁਝ ਮਿੰਟਾਂ ਲਈ ਦੁਬਾਰਾ ਮਿਲਣ ਦੀ ਇਜਾਜ਼ਤ ਦਿੱਤੀ ਗਈ ਤਾਂ ਗਲੇ ਮਿਲਣ ਦੌਰਾਨ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਬਾਲਗ ਅਤੇ ਬੱਚੇ ਆਪਣੇ ਅਜੀਜ਼ਾਂ ਨਾਲ ਮਿਲਣ ਲਈ ਰਿਓ ਗ੍ਰਾਂਡੇ ਪਾਰ ਕਰ ਗਏ ਇਸ ਨਾਲ ਪ੍ਰਵਾਸੀ ਅਧਿਕਾਰਾਂ ਦੀ ਬਕਾਲਤ ਕਰਨ ਵਾਲੇ ਸਮੂਹ ਦੁਆਰਾ ਆਯੋਜਿਤ ਸਲਾਣਾ ਸਮਾਗਮ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ 3 ਦਿਨ ਪਹਿਲਾਂ ਹੋਇਆ ਜਿਸ ਦੀਆਂ ਮਹੀਨਿਆਂ ਤੱਕ ਚੱਲਣ ਵਾਲੀਆਂ ਮਹਿਮਾ ਨੇ ਇਮੀਗ੍ਰੇਸ਼ਨ ਅਤੇ ਸਰਹੱਦੀ ਸੁਰੱਖਿਆ ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਹੈ ਨੈਟਵਰਕ ਇਨ ਡਿਫੈਂਸ ਆਫ ਦਾ ਰਾਈਟਸ ਆਫ ਮਾਈਗ੍ਰੈਂਟਸ ਦੇ ਅਨੁਸਾਰ ਇਹ ਮੇਲ ਵਧੀ ਹੋਈ ਸੁਰੱਖਿਆ ਤਹਿਤ ਵਿਚਾਰ ਹੋਇਆ ਸੰਗਠਨ ਦੇ ਡਾਇਰੈਕਟਰ ਫਰਨਾండో ਨੇ ਇਹ ਕਿਹਾ ਕਿ ਸਾਡੇ ਕੋਲ ਕੰਡਿਆਲੀ ਤਾਰ ਨਹੀਂ ਸੀ ਸਾਡੇ ਕੋਲ ਵੱਡੀ ਗਿੰਦੇ ਵਿੱਚ ਸਿਪਾਹੀ ਨਹੀਂ ਸਨ ਗਾਰਸਿਆ ਮੁਤਾਬਕ ਕੰਡੇਦਾਰ ਤਾਰ ਨੂੰ ਖੋਲਣਾ ਪਿਆ ਤਾਂ ਜੋ ਪਰਿਵਾਰ ਇਸ ਸਮਾਗਮ ਕਰ ਸਕਣ ਗਾਰਸਿਆ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਮੰਗਲਵਾਰ ਦੀ ਚੋਣ ਭਾਵੇਂ ਕੋਈ ਵੀ ਜیتے पर अमेरिका ਵਿੱਚ ਪ੍ਰਵਾਸ ਚੱਲਦਾ ਰਹੇਗਾ ਉਸਨੇ ਕਿਹਾ ਕਿ ਪਰਿਵਾਰਕ ਪੁਨਰਮਿਲਨ ਵੀ ਚੱਲਦਾ ਰਹੇਗਾ ਸਮਾਗਮ ਤੋਂ ਪਹਿਲਾਂ ਉਸਨੇ ਪੱਤਰਕਾਰਾਂ ਨੂੰ ਦੱਸਿਆ ਕਿ ਡੈਪੂਟੇਸ਼ਨ ਨੀਤੀ ਸਰਹੱਦੀ ਨੀਤੀ ਇਮੀਗ੍ਰੇਸ਼ਨ ਨੀਤੀ ਪਰਿਵਾਰਾਂ ਨੂੰ ਅਸਧਾਰਨ ਤਰੀਕੇ ਨਾਲ ਵੱਕ ਕਰ ਰਹੀ ਹੈ ਅਤੇ ਇਹਨਾਂ ਪਰਿਵਾਰਾਂ ਨੂੰ ਡੂੰਘਾ ਪ੍ਰਭਾਵਿਤ ਕਰ ਰਹੀ ਹੈ ਭਾਰਤੀ ਮੌਦਈ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਹਨ ਅਤੇ ਉਹਨਾਂ ਦੇ ਸਾਥੀ ਪੁਲਾੜ ਯਾਤਰੀ ਬੁੱਚ ਵਿਲਮੋਰ ਪੁਲਾੜ ਵਿੱਚ ਹਨ ਇਹ ਪੁਲਾੜ ਯਾਤਰੀ ਇਸ ਸਮੇਂ ਸਪੇਸਐਕਸ ਕਰੂ 9 ਪੁਲਾੜ ਗੱਡੀ 'ਚ ਸਵਾਰ ਹਨ ਜੋ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਡਾਕ ਹੈ ਹਾਲੀ ਵਿੱਚ ਇਸ ਪੁਲਾੜ ਗੱਡੀ ਨੇ ਆਪਣੀ ਜਗ੍ਹਾ ਬਦਲੀ ਹੈ ਅਤੇ ਪੁਲਾੜ ਸਟੇਸ਼ਨ ਦੀ ਦੂਜੀ ਬੰਦਰਗਾਹ ਤੇ ਖੁਦ ਨੂੰ ਸਥਾਪਿਤ ਕਰ ਲਿਆ ਹੈ ਦਰਅਸਲ ਜਿੱਥੇ ਕਰੂ 9 ਪੁਲਾੜ ਗੱਡੀ ਸੀ ਉੱਥੇ ਇੱਕ ਨਵੀਂ ਕਾਰਗੋ ਸਪਲਾਈ ਪੁਲਾੜ ਗੱਡੀ ਆਉਣ ਵਾਲੀ ਹੈ ਅਤੇ ਇਸ ਕਾਰਨ ক্রੂ 9 ਨੂੰ ਵੀ ਨਵੀਂ ਜਗ੍ਹਾ ਤੇ ਜਾਣਾ ਪਿਆ। इंडोनेशिया ਦੇ ਫਲੋਰ ਟਾਪੂ ਤੇ ਜਵਾਲਾਮੁਖੀ ਫਟਣ ਕਾਰਨ ਕਟੋਕਟ 9 ਲੋਕਾਂ ਦੀ ਮੌਤ ਹੋ ਗਈ। ਇੰਡੋਨੇਸ਼ੀਆ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਪਿਛਲੇ ਹਫ਼ਤੇ ਹੋਏ ਜਵਾਲਾਮੁਖੀ ਵਿਸਪੋਟਾ ਤੋਂ ਬਾਅਦ ਸੋਮਵਾਰ ਨੂੰ ਮਾਊਂਟ ਲਾਕੀ ਲਾਕੀ ਲਈ ਖਤਰੇ ਦੇ ਪੱਧਰ ਅਤੇ ਖਤਰੇ ਦੇ ਅਲਕਾਰ ਵਧਾ ਦਿੱਤਾ। ਦੇਸ਼ ਦੀ ਜਵਾਲਾਮੁਖੀ ਏਜੰਸੀ ਨੇ ਜਵਾਲਾਮੁਖੀ ਫਟਣ ਦੇ ਬਾਅਦ ਤੋਂ ਅਲਰਟ ਪੱਧਰ ਨੂੰ ਉੱਚੇ ਪੱਧਰ ਤੱਕ ਵਧਾ ਦਿੱਤਾ ਅਤੇ ਸੋਮਵਾਰ ਦੀ ਰਾਤ ਤੋਂ ਬਾਅਦ ਵਰਜਿਤ ਜ਼ੋਨ ਦੇ ਘੇਰੇ ਨੂੰ ਦੁੱਗਣਾ ਕਰਕੇ 7 ਕਿਲੋਮੀਟਰ ਤੱਕ ਪਹੁੰਚਾ ਦਿੱਤਾ ਜਵਾਲਾਮੁਖੀ ਫਟਣ ਕਾਰਨ ਵੀਰਵਾਰ ਤੋਂ ਰੋਜ਼ਾਨਾ 2000 ਮੀਟਰ ਦੀ ਉਚਾਈ ਤੱਕ ਸਵਾ ਨਿਕਲ ਰਹੀ ਹੈ ਮਾਉਂਟ ਲੇਵੋਟਬੀ ਲਾਕੀ ਦੇ ਇੱਕ ਅਧਿਕਾਰੀ ਫਰਮਾਨ ਨੇ ਇਹ ਕਿਹਾ ਕਿ ਸੋਮਵਾਰ ਅਦਿਰਾਤ ਤੋਂ ਬਾਅਦ ਫਟ ਨਾਲ 2000 ਮੀਟਰ ਉੱਚੀ ਸਵਾ ਹਵਾ ਵਿੱਚ ਫੈਲ ਗਈ ਅਤੇ ਗਰਮ ਸਵਾ ਨੇ ਨੇੜਲੇ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਵਿੱਚ ਇੱਕ ਕੈਥੇਲਿਕ ਨੰਨ ਦੀ ਮੌਤ ਹੋ ਗਈ ਅਤੇ ਕਈ ਗੱਡੀਆਂ ਸੜ ਕੇ ਸਵਾ ਹੋ ਗਏ ਅਤੇ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਪੂਰਬੀ ਸਪੇਨ ਚ ਮੌਲੇਤਾਰ ਮੀ ਮਗਰੋਂ ਅਚਾਨਕ ਆਏ ਹੜਾਕਾਂ ਨੂੰ ਉਜੇ ਰਾਜ ਆਇਆ ਹਰ ਕੋਈ ਕੁਝ ਹੀ ਪਲਾਂ ਚ ਰੁੜ ਗਿਆ ਲੋਕਾਂ ਦੇ ਪਲੇ ਕੁਝ ਨਹੀਂ ਪਿਆ ਅਤੇ ਪੱਲੇ ਕੁਝ ਨਹੀਂ ਪਿਆ ਅਤੇ ਉਹ ਵਾਹਨਾ ਕਰਾਂ ਤੇ ਆਪਣੇ ਕੰਮ ਤੰਦਿਆ ਤੇ ਫਸੇ ਰਹਿ ਗਏ ਹੜਾਕਾਂ ਹੁੰਦਕ 213 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਚੋਂ ਜ਼ਿਆਦਾਤਰ ਪੀੜਿਤ ਪੂਰਬੀ ਵੈਲੈਂਸ਼ੀਆ ਖੇਤੇ ਨਾਲ ਸੰਬੰਧਿਤ ਹਨ ਅਧਿਕਾਰੀ ਹਲੇ ਵੀ ਕਈ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ ਬਹੁਤੀਆਂ ਥਾਵਾਂ ਤੇ ਪਾਣੀ ਅਤੇ ਬਿਜਲੀ ਸਪਲਾਈ ਠੱਪ ਹੈ ਅਤੇ ਘਰਾ ਸੜਕਾਂ ਤੇ ਗਲੀਆਂ ਚ ਗਾਰ ਅਤੇ ਮਲਬਾ ਫੈਲਿਆ ਹੋਇਆ ਹੈ। ਹਜ਼ਾਰਾਂ ਵਲੰਟੀਅਰਸ ਮਲਬੇ ਨੂੰ ਸਾਫ਼ ਕਰਨ ਚ ਜੁਟੇ ਹੋਏ ਹਨ। ਸਪੈਨ ਦੀ ਕੌਮੀ ਮੌਸਮ ਸੇਵਾ ਨੇ ਕਿਹਾ ਹੈ ਕਿ ਚੀਵਚ 8 ਘੰਟੇ ਇੰਨਾ ਮੀਂਹ ਪਿਆ ਜਿੰਨਾ ਪਿਛਲੇ 20 ਮਹੀਨਿਆਂ ਚ ਨਹੀਂ ਪਿਆ ਹੋਵੇਗਾ। ਮਾਹਰਾ ਮੁਤਾਬਿਕ ਸਪੈਨ ਚ 2022 ਅਤੇ 23 ਚ ਸੋਕਾ ਪਿਆ ਸੀ ਜਿਸ ਮਗਰੋਂ ਮੌਸਮ ਚ ਅਚਾਨਕ ਵਿਗੜ ਪੈਦਾ ਹੋਇਆ। ਇਹ ਕਿਹਾ ਗਿਆ ਕਿ ਵਾਤਾਵਰਨ ਬਦਲਾਅ ਕਾਰਨ ਸੋਕੇ ਅਤੇ ਹੜਾ ਵਰਗੇ ਹਾਲਾਤ ਲਗਾਤਾਰ ਵਧ ਰਹੇ ਹਨ ਪ੍ਰਧਾਨ ਮੰਤਰੀ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ 5000 ਤਵਜਵਾਰਾਂ ਨੂੰ ਤਾਇਨਾਤ ਕਰਨ ਦਾ ਐਲਾਨ ਕੀਤਾ ਸਾਂਚੇਜ਼ ਨੇ ਕਿਹਾ ਕਿ ਸਰਕਾਰ ਬਲੈਂਸ਼ੀਆ ਖੇਤਰ ਵਿੱਚ 5000 ਤਵਜਵਾਰ ਪੁਲਿਸ ਅਧਿਕਾਰੀਆਂ ਨੂੰ ਵੀ ਭੇਜੇਗੀ ਉਦਰੀ ਇਲਾਕੇ ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣ ਗਏ ਸਪੇਨ ਦੇ ਮਹਾਰਾਜੇ ਫੈਲੀਪ ਤੇ ਕਿਸੇ ਨੇ ਚਿੱਕਰ ਸੁੱਟ ਦਿੱਤਾ ਉਹ ਲੋਕਾਂ ਦਾ ਹਾਲਚਲ ਪੁੱਛਣ ਲਈ ਗਏ ਸਨ ਇਸ ਦੌਰਾਨ ਰੋਜ਼ ਆਏ ਲੋਕਾਂ ਨੇ ਉਹਨਾਂ ਤੇ ਚਿੱਕੜ ਸੁੱਟ ਦਿੱਤਾ ਕੁਝ ਅਧਿਕਾਰੀਆਂ ਤੇ ਚਿੱਕੜ ਡਿੱਗਿਆ ਉਧਰ ਮਹਾਰਾਣੀ ਲਤੀਜ਼ੀਆ ਨੇ ਵੀ ਮੁਸੀਬਤ ਚ ਕਿਰੇ ਲੋਕਾਂ ਦੀ ਸਾਰ ਲਈ ਉਹਨਾਂ ਨੇ ਦੱਸਿਆ ਕਿ ਸਰਕਾਰ ਸੜਕਾਂ ਅਤੇ ਘਰਾ ਤੋਂ ਮਲਬਾ ਹਟਾਉਂਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਰਾਹ ਸਮਗਰੀ ਦੀ ਵੰਡੀ ਜਾ ਰਹੀ ਹੈ ਲਗਾਤਾਰ ਤੋਂ ਇਹ ਕਾਰਨ ਪਾਕਿਸਤਾਨ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਦੇ ਵਸਨੀਕਾਂ ਨੂੰ ਸਾਹ ਲੈਣਾ ਔਖਾ ਹੋ ਰਿਹਾ ਹੈ ਸ਼ਹਿਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਯਾਨੀ AQI 199 ਨੂੰ ਪਾਰ ਕਰ ਗਿਆ ਹੈ ਇਸ ਸਥਿਤੀ ਦੇ ਮੱਦੇਨਜ਼ਰ ਸੂਬਾਈ ਸਰਕਾਰ ਨੇ ਸ਼ਹਿਰ ਦੇ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਜੋ ਟੀਵੀ ਮੁਤਾਬਿਕ ਤੁੰਦੇ ਦੇ ਮੱਦੇਨਜ਼ਰ ਪੰਜਵੀਂ ਜਮਾਤ ਤੱਕ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 4 ਤੋਂ 9 ਨਵੰਬਰ ਤੱਕ ਬੰਦ ਰਹਣਗੇ 22 ਅਕਤੂਬਰ ਨੂੰ ਲਾਹੌਰ ਨੂੰ AQI 394 ਦੇ ਨਾਲ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਮੰਨਿਆ ਗਿਆ ਸੀ ਇਸ ਤੋਂ ਬਾਅਦ ਪ੍ਰਦੂਸ਼ਣ ਲਗਾਤਾਰ ਵਧਾ ਗਿਆ ਅਤੇ ਸ਼ਨੀਵਾਰ ਨੂੰ AQI 1100 ਨੂੰ ਪਾਰ ਕਰ ਗਿਆ ਇੱਕ ਸਮੇਂ ਇਹ 1900 ਨੂੰ ਪਾਰ ਕਰ ਗਿਆ ਸੀ ਸ਼ਹਿਰ ਦੇ 1.4 ਕਰੋੜ ਲੋਕ ਪਿਛਲੇ ਕਈ ਦਿਨਾਂ ਤੋਂ ਤੋਂ ਪ੍ਰਭਾਵਿਤ ਹਨ ਸਵਿਜ਼ 에ਅਰ ਕੁਆਲਿਟੀ ਮੋਨਿਟਰ ਯਾਨੀ IQ Air ਨੇ ਦੱਸਿਆ ਹੈ ਤੱਕ ਯਾਨੀ ਪੀਐਮ 2.5 ਪ੍ਰਦੂਸ਼ਕ ਦਾ ਪੱਧਰ 613 ਤੱਕ ਪਹੁੰਚ ਗਿਆ ਹੈ ਇਹ ਵਿਸ਼ਵ ਸਿਹਤ ਸੰਗਠਨ ਦੁਆਰਾ ਸਹਿਿਤ ਲਈ ਮਾੜੇ ਮੰਨੇਗੇ ਪੱਧਰ ਤੋਂ 122.6 ਗੁਣਾ ਵੱਧ ਹੈ ਪੰਜਾਬ ਦੀ ਸੀਨੀਅਰ ਮੰਤਰੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਨੂੰ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਹੈ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੱਚਿਆਂ ਨੂੰ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਕਿਉਂਕਿ ਸ਼ਹਿਰ ਵਿੱਚ ਧੂਏ ਦੀ ਸੰਗਣੀ ਚਾਦਰ ਛਾਈ ਹੋਈ ਹੈ ਜੋ ਕਿ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਉਦਰ ਹੀ ਵਾਹਨਾ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਘਟ ਕਰਨ ਲਈ ਦਫ਼ਤਰ ਦੇ 50% ਕਰਮਚਾਰੀ ਘਰ ਤੋਂ ਕੰਮ ਕਰਨਗੇ ਉਦੋਂ ਸਰਕਾਰ ਨੇ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਕਿ ਲੋਕਾਂ ਨੂੰ ਕਾਰ ਦੇ ਅੰਦਰ ਰਹਿਣ ਅਤੇ ਦਰਵਾਜ਼ੇ ਖਿੜਕੀਆਂ ਬੰਦ ਰੱਖਣ ਅਤੇ ਜਦ ਤੱਕ ਜ਼ਰੂਰੀ ਨਾ ਹੋਵੇ ਅਤੇ ਘਰ ਛੱਡਣ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਉਦਰੀ ਮੰਤਰੀ ਵੱਲੋਂ ਹਵਾ ਪ੍ਰਦੂਸ਼ਣ ਦੀ ਮਾੜੀ ਹਾਲਤ ਲਈ ਗੁਆਂਢੀ ਦੇਸ਼ ਭਾਰਤ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ। ਉਹਨਾਂ ਨੇ ਕਿਹਾ ਇਸ ਹਵਾ ਪ੍ਰਦੂਸ਼ਣ ਦਾ ਕਾਰਨ ਭਾਰਤ ਤੋਂ ਆਉਣ ਵਾਲੀਆਂ ਹਵਾਵਾਂ ਹੋ ਸਕਦੀਆਂ ਹਨ। ਇਹਨਾਂ ਜੀ ਦੇਸ਼ ਵਿਦੇਸ਼ਾ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ ਹੋਰ ਖਬਰਾਂ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਜੀ ਸਾਡੇ ਚੈਨਲ ਪੰਜਾਬੀ ਯੂਐਸਟੀਵੀ ਦੇ ਨਾਲ। ਤੁਹਾਡੇ ਸਭ ਦਾ ਜੀ ਬਹੁਤ-ਬਹੁਤ ਧੰਨਵਾਦ।